ਸਤਿ ਸ਼੍ਰੀ ਅਕਾਲ ਜੀ ਮੈਂ ਸਵਾਤਸਖਸੈਨਾ ਪੰਜਾਬੀ ਖਬਰਾਂ ਵੇਖ ਰਿਹਾ ਆਪ ਸਭ ਦਾ ਸਵਾਗਤ ਕਰਦੀ ਹਾਂ ਖਬਰਾਂ ਸ਼ੁਰੂਆਤ ਕਰਾਂਗੇ ਪਰਿੰਗੰਜਰ ਹੈਡਲਾਈਨਸ ਦੇ ਦੇਸ਼ ਵਿੱਚ ਮਹਾਂਮਾਰੀ ਦੀ ਆਫਤ 24 ਘੰਟੇ ਦੌਰਾਨ 5611 ਨਵੇਂ ਕੇਸ ਆਏ ਸਾਹਮਣੇ ਵਿਰਤਕਾ ਦਾ ਅੰਕੜਾ ਵੱਧ ਕੇ ਪਹੁੰਚਿਆ 3330 ਤੇ ਮਾ ਚੱਕਰਵਾਤ ਅਮफान ਕਾਰਨ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਵਿੱਚ ਹਾਈ ਅਲਰਟ ਮੌਸਾ ਵਿਭਾਗ ਨੇ ਜਾਰੀ ਕੀਤਾ ਅਲਰਟ ਕਿਹਾ ਤੇਜ਼ ਹਵਾਵਾਂ ਨਾਲ ਬਿਜਲੀ ਸਪਲਾਈ ਹੋ ਸਕਦੇ ਪ੍ਰਭਾਵਿਤ ਪੰਜਾਬ ਵਿੱਚ ਲੋਕਡਾਊਨ 4 ਦੇ ਚੱਲਦਿਆਂ 94 ਰੂਟਾਂ ਤੇ ਅੱਜ ਬੱਸ ਸੇਵਾ ਮੁੜ ਤੋਂ ਸ਼ੁਰੂ ਸਰਕਾਰੀ ਹਦਾਇਤਾਂ ਦਾ ਵੀ ਕਿਤਾ ਜਾ ਰਿਹਾ ਪਾਲਨ ਪੰਜਾਬ ਮੰਤਰੀ ਤਰਸਦੇ ਅੱਜ ਸ਼ਾਮ 4 ਵਜੇ ਫੇਸਬੁੱਕ ਤੇ ਲਾਈਵ ਹੋਣਗੇ ਪੰਜਾਬ ਸਿੱਖਿਆ ਮੰਤਰੀ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਮੰਤਰੀ ਸਿੰਘਲਾ ਪੰਜਾਬ ਵਿੱਚ ਮਹਾਂਮਾਰੀ ਦਾ ਕਹਿਰ جاری ਸੁਬੇ ਵਿੱਚ ਹੋਈ 39ਵੀਂ ਮੌਤ ਜਲੰਧਰ ਵਿੱਚ ਇਲਾਜ ਦੌਰਾਨ 69 ਸਾਲਾ ਔਰਤ ਨੇ ਤੋੜਿਆ ਦਾ ਖਬਰ ਵਿਸਥਾਰ ਨਾਲ ਦੇਸ਼ ਵਿੱਚ ਮਹਾਮਾਰੀ ਦੇ ਇੱਕ ਦਿਨ ਦੇ ਵਿੱਚ ਰਿਕਾਰਡ 5611 ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 106750 ਦੇ ਪਹੁੰਚ ਗਈ ਹੈ ਪਿਛਲੇ 24 ਘੰਟੇ ਦੌਰਾਨ ਇਸ ਮਹਾਮਾਰੀ ਨਾਲ 104 ਲੋਕਾਂ ਦੀ ਮੌਤ ਹੋਈ ਹੈ ਇਸ ਤਰ੍ਹਾਂ ਮਰਤਕ ਦਾ ਅੰਕੜਾ ਵਧ ਕੇ 3303 ਤੇ ਪਹੁੰਚ ਗਿਆ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ ਵਿੱਚ 5611 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 16750 ਪਹੁੰਚ ਗਈ। ਇਸ ਤੋਂ ਇੱਕ ਦਿਨ ਪਹਿਲਾਂ 4970 ਨਵੇਂ ਮਾਮਲੇ ਸਾਹਮਣੇ ਆਏ ਸਨ। ਵਾਇਰਸ ਦੇ ਵੱਧਦੇ ਮਾਮਲਿਆਂ ਦੇ ਬਾਵਜੂਦ ਰਾਤਪਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਇਸ ਮਹਾਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਅਤੇ ਪਿਛਲੇ 24 ਘੰਟਿਆਂ ਦੌਰਾਨ 3124 ਲੋਕ ਸਿਹਤਮੰਦ ਹੋਏ ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 42298 ਹੋ ਗਈ। ਉਤੇ ਦੇਸ਼ ਵਿੱਚ ਮਹਾਂਮਾਰੀ ਤੋਂ ਸਭ ਤੋਂ ਵਧੇਰੇ ਮਹਾਰਾਸ਼ਟਰ ਪ੍ਰਭਾਵ ਪ੍ਰਭਾਵਿਤ ਹੋਇਆ ਅਤੇ કુલ ਮਾਮਲਿਆਂ ਵਿੱਚ ਇੱਕ ਤਿਹਾਈ ਹਿੱਸਾ ਇੱਥੇ ਹੀ ਹੈ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 4083 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 37136 ਹੋ ਗਈ ਹੈ ਅਤੇ ਕੁੱਲ 1325 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 9639 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਨੇ ਚੱਕਰਵਾਤ ਤੂਫਾਨ ਅਮਫਾਨ ਉੜੀਸਾ ਟੱਟ ਦੇ ਨੇੜੇ ਪਹੁੰਚਣ ਦੇ ਨਾਲ ਇਸ ਸੂਬੇ ਦੇ ਕਈ ਹਿੱਸਿਆਂ ਵਿੱਚ بارش ਹੋਈ ਹੈ ਅੱਜ ਭਾਪਕੀ ਬੁੱਧਵਾਰ ਸਵੇਰੇ ਸਾਰ ਉੜੀਸਾ ਅਤੇ ਨੇੜੇ ਦੇ ਇਲਾਕੇ ਵਿੱਚ ਹਵਾ ਲਗਭਗ 85 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਹੈ ਚੱਕਰਵਾਤ ਅਮਫਾਨ ਦੇ ਅੱਜ ਦੁਪਹਿਰ ਜਾਂ ਸ਼ਾਮ ਨੂੰ ਪੱਛਮੀ ਬੰਗਾਲ ਬੰਗਲਾਦੇਸ਼ ਟਟਾਂ ਤੇ ਵਿਚਾਲੇ ਦੀਗਾ ਅਤੇ ਹਤੀਆ ਦੀਪ ਦੇ ਵਿਚਾਰੇ ਲੰਘਣ ਦੀ ਸੰਭਾਵਨਾ ਹੈ ਮੌਸਮਾਂ ਭਾਗ ਮੁਤਾਬਕ ਚੱਕਰਵਾਤ ਦੀ ਰਫਤਾਰ ਕਾਫੀ ਤੇਜ਼ ਹੈ ਅਤੇ ਆਪਣੇ ਕੇਂਦਰ ਵਿੱਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਅਮफान ਉੜੀਸਾ ਸਮੇਤ ਟਟ ਨਾਲ ਲੱਗਦੇ 8 ਸੂਬਿਆਂ ਵਿੱਚ ਤਬਾਹੀ ਮਚਾ ਸਕਦਾ ਹੈ। ਜਿਸ ਦੇ ਕਰ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲਨਾਡੂ ਵਿੱਚ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ। ਉੜੀਸਾ ਅਤੇ ਪੱਛੀ ਬੰਗਾਲ ਵਿੱਚ ਐਨਡੀਆਰਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਅਸਾਮ ਸਰਕਾਰ ਨੇ ਚੱਕਰਵਾਤ ਅਮਫਾਨ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ ਅਧਿ ਸੂਬਾ ਆਫਤ ਪ੍ਰਬੰਧਨ ਅਥਾਰਟੀ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਸ ਸਥਿਤੀ ਨਾਲ ਨਿਪਟਣ ਲਈ ਕੰਟਰੋਲ ਰੂਮ ਬਣਾਏ ਗਏ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੱਜ ਦੇ ਬੁਲੇਟਿਨ ਮੁਤਾਬਕ ਅਸਾਮ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਭਾਰੀ بارش ਹੋਵੇਗੀ ਮਹਾ ਚੱਕਰਵਾਤ ਆਮਫਾਨ ਦੇ ਅੱਜ ਪੱਛਮੀ ਬੰਗਾਲ ਦੇ ਟਟ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 185 ਤੋਂ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਤੂਫਾਨ ਦਾ ਸਭ ਤੋਂ ਜ਼ਿਆਦਾ ਖਤਰਾ ਰੇਲ ਸੇਵਾਵਾਂ ਨੂੰ ਹੀ ਹੈ ਹਾਵੜਾ ਵਿੱਚ ਰੇਲ ਕੋਚਾਂ ਨੂੰ ਲੋਹੇ ਦੀਆਂ ਚੇਨਾਂ ਨਾਲ ਬੰਨ੍ਹਿਆ ਗਿਆ ਜਿਸ ਤੋਂ ਤੂਫਾਨ ਦੀ ਹਵਾਵਾਂ ਨਾਲ ਰੇਲ ਕੋਚਾਂ ਨੂੰ ਨੁਕਸਾਨ ਪਹੁੰਚਾਉ ਤੋਂ ਰੋਕਿਆ ਜਾ ਸਕੇ ਦੱਸਿਆ ਗਿਆ ਹੈ ਕਿ ਰੇਲਵੇ ਵੱਲੋਂ ਹਾਵੜਾ ਦੇ ਸ਼ਾਲੀਮਾਰ ਸਾਈਡਿੰਗ ਵਿੱਚ ਖੜੀਆਂ ਟ੍ਰੇਨਾਂ ਦੇ ਕੋਚਾਂ ਨੂੰ ਚੇਨ ਅਤੇ ਤਾਲਿਆਂ ਨਾਲ ਬੰਨ੍ਹਣ ਦਾ ਇੰਤਜ਼ਾਮ ਕੀਤਾ ਗਿਆ। ਪੂਰੇ ਦੇਸ਼ ਵਿੱਚ ਮਹਾਮਾਰੀ ਸੰਕਰਦੇ ਚੱਲਦੇ ਆ ਭਲੇ ਹੀ ਰੇਲ ਸਵਾਮਾ ਠਾਪਨੇ ਪਰ ਜੋ ਵੀ ਇਸ ਦੌਰਾਨ ਮਜ਼ਦੂਰਾਂ ਲਈ ਸਪੈਸ਼ਲ ਟ੍ਰੇਨ ਚਲਾਈ ਜਾ ਰਹੀ ਹੈ ਉਹਨਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰਨ ਦੀ ਜਾਣਕਾਰੀ ਦੱਖਣੀ ਪੂਰਬੀ ਰੇਲਵੇ ਵੱਲੋਂ ਦਿੱਤੀ ਗਈ ਹੈ ਚੱਕਰਵਾਦੀ ਤੂਫਾਨ ਅਮਫਾਨ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਹਾਵੜਾ ਕਾਰਪੋਰੇਸ਼ਨ ਨੇ 24 ਘੰਟੇ ਲਈ ਕੰਟਰੋਲ ਰੂਮ ਚਾਲੂ ਰੱਖੇ ਨੇ ਜਿਸ ਕਾਰਨ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਸਕੇ ਉਧਰ ਬੰਗਾਲ ਦੀ ਖਾੜੀ ਵਿੱਚ ਉਠਿਆ ਚੱਕਰਵਾਤੀ ਤੂਫਾਨ ਅੰਫਾਨ ਪੱਛਮੀ ਬੰਗਾਲ ਬੰਗਲਾਦੇਸ਼ ਤੇ ਉੜੀਸਾ ਦੇ ਨਾਲ ਨਾਲ ਹੋਰ ਨਾਂ ਸੂਬਿਆਂ ਲਈ ਵੀ ਖਤਰਾ ਬਣਦਾ ਹੀ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ ਪੂਰੀ ਸੰਭਾਵਨਾ ਹੈ। ਤੂਫਾਨ ਦੇ ਕਾਰਨ ਚੰਡੀਗੜ੍ਹ ਸਮੇਤ ਮੁਹਾਲੀ ਅਤੇ ਪੰਚਕੂਲਾ ਵਿੱਚ ਮੌਸਮ ਦਾ ਮિજાਜ ਹੋਰ ਵਿਗੜ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਤੂਫਾਨ ਦੌਰਾਨ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਵਾਵਾਂ ਦੀ ਗਤੀ 40 ਤੋਂ 45 ਕਿਲੋਮੀਟਰ ਹੋ ਸਕਦੀ ਹੈ ਮੌਸਮ ਵਿਭਾਗ ਵੀ ਅਲਰਟ ਤੇ 모ਰ ਤੇ ਹੈ ਅਤੇ ਹਰ ਸਥਿਤੀ ਤੇ ਪਲ ਪਲ ਦੀ ਨਜ਼ਰ ਰੱਖ ਰਿਹਾ ਇਸ ਸਮੇਂ ਦੇਸ਼ ਵਿੱਚ ਪੱਛਮੀ ਗੜਬੜ ਸਰਗਰਮ ਹੈ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਇਆ ਚੱਕਰਵਾਤੀ tufan ਅਗਲੇ 12 ਘੰਟਿਆਂ ਵਿੱਚ ਖਤਰਨਾਕ ਰੂਪ ਲੈ ਸਕਦਾ ਹਨ ਵਨਵਾਦੇ ਅਗਲੀ ਖਬਰ ਵੱਲ PTRC ਬਸਾਂ ਸੂਬੇ ਵਿੱਚ ਲੱਗੇ ਕਰਫਿਊ ਦੇ ਖਤਮ ਹੋਣ ਤੋਂ ਬਾਅਦ ਲੋਕਡਾਊਨ 4 ਵਿੱਚ ਅੱਜ ਬੁੱਧਵਾਰ ਤੋਂ ਮੁੜ ਸੜਕਾਂ ਤੇ ਦੌੜਨੀਆਂ ਨਜ਼ਰ ਆਉਣ ਲੱਗੀਆਂ ਨੇ PTRC ਨੇ ਕੱਲ ਪਟਿਆਲਾ ਚੰਡੀਗੜ੍ਹ ਸੰਗਰੂਰ ਬਟਲਾੜਾ ਬਠਿੰਡਾ ਲੁਧਿਆਣਾ ਫਰੀਦਕੋਟ ਕਪੂਰਥਲਾ ਤੇ ਬਰਨਾਲਾ ਟੀਪੂ ਤੋਂ ਬਸ ਸੇਵਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਜਿਸ ਤਹਿਤ ਅੱਜ ਤੋਂ PTRC ਦੇ ਪੰਜਾਬ ਵਿੱਚ ਪੈਂਦੇ ਕਰੀਬ 9 ਟੀਪੂਆਂ ਦੀਆਂ 80 ਰੂਟਾਂ ਦੇ ਬਸਾਂ ਸ਼ੁਰੂ ਹੋ ਗਈਆਂ ਨੇ PTRC ਵੱਲੋਂ ਬੱਸ ਸੇਵਾ ਸ਼ੁਰੂ ਕੀਤੇ ਜਾਣ ਸੰਬੰਧੀ ਪੰਜਾਬ ਦੇ 80 ਰੂਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹਨਾਂ ਵਿੱਚ ਪਟਿਆਲਾ ਡਿਪੂ ਦੇ 16, ਚੰਡੀਗੜ੍ਹ ਡਿਪੂ ਦੇ 6, ਸਿੰਘਰੂਪ ਡਿਪੂ ਦੇ 11, ਬਰਨਾਲਾ ਡਿਪੂ ਦੇ 7, ਬਠਿੰਡਾ ਡਿਪੂ ਦੇ 9, ਫਰੀਦਕੋਟ ਡਿਪੂ ਦੇ 6, ਉਡਲਾਡਾ ਦੇ 10, ਲੁਧਿਆਣਾ ਦੇ 9 ਅਤੇ ਕਪੂਰਥਲਾ ਡਿਪੂ ਦੇ 6 ਰੂਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨਾ ਰੂਟਾਂ ਤੋਂ ਲਾਵਾ ਜੇਕਰ ਟਿੱਪੂ ਪੱਧਰ ਤੇ ਕੋਈ ਹੋਰ ਰੂਟ ਤੇ ਬੱਸ ਸੇਵਾ ਸ਼ੁਰੂ ਕਰਨ ਲਈ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਮਨਜ਼ੂਰੀ ਲੈਣੀ ਹੋਵੇਗੀ ਪੀਆਰਟੀਸੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਬੱਸ ਸੇਵਾ ਲਈ ਮਹਾਂਮਾਰੀ ਤੋਂ ਬਚਾਅ ਸੰਬੰਧੀ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਜਿਸ ਵਿੱਚ ਬੱਸ ਦੇ ਰੂਟ ਤੇ ਜਾਣ ਤੋਂ ਪਹਿਲਾਂ ਸਵਾਰੀਆਂ ਦੇ ਟਿਕਟਾ ਐਡਵਾਂਸ ਬੁਕਿੰਗ ਏਜੰਟ ਵੱਲੋਂ ਜਾਂ ਕੰਡਕਟਰ ਵੱਲੋਂ ਬੱਸ ਸਟੈਂਡ ਤੇ ਹੀ ਕੱਟੀਆਂ ਜਾਣਗੀਆਂ ਇਸ ਦੌਰਾਨ ਬਸਾਂ ਨੂੰ ਵਿਸ਼ੇਸ਼ ਤੌਰ 'ਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਸਫ਼ਰ ਦੌਰਾਨ ਕਿਸੇ ਵੀ ਹਾਲ ਵਿੱਚ ਬੱਸ ਵਿੱਚ ਬੈਠਣ ਦੀ ਸਮਰਥਾ ਅਨੁਸਾਰ 50% ਦੀ ਸੀਟਾਂ ਤੋਂ ਵੱਧ ਸਵਾਰੀ ਨਹੀਂ ਬਿਠਾਈ ਜਾਵੇਗੀ ਅਤੇ ਟਿਕਟ ਕੱਟਣ ਤੇ ਬੈਠਣ ਸਮੇਂ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਅੱਜ ਬੱਸ ਸੇਵਾ ਪੰਜਾਬ ਵਿੱਚ ਵੱਖ-ਵੱਖ ਰੂਟਾਂ ਤੇ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਅੱਜ ਪਠਾਨਕੋਟ ਬੱਸ ਅੱਡੇ ਤੋਂ ਵੀ ਬੱਸ ਸੇਵਾ ਵੱਖ-ਵੱਖ ਰੂਟਾਂ ਤੇ ਸ਼ੁਰੂ ਕੀਤੀ ਗਈ ਹੈ। ਉਥੇ ਸਵਾਰੀਆਂ ਦੀ ਸੁਰੱਖਿਆ ਲਈ ਬੱਸ ਅੱਡੇ ਅੰਦਰ ਦਾਖਲ ਹੋਣ ਲਈ ਸਵਾਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਉਥੇ ਟਿਕਟ ਖਿੜਕੀ ਤੋਂ ਲੈ ਕੇ ਬੱਸ ਵਿੱਚ ਬੈਠਣ ਤੱਕ ਮਹਾਂਮਾਰੀ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਸੈਨੀਟਾਈਜੇਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਦਰਵਾ ਮਹਾਮਾਰੀ ਦੇ ਕਾਰਨ ਸੂਬੇ ਵਿੱਚ ਲੱਗੇ ਲੋਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕਰਕੇ ਕੁਝ ਰੂਟਾਂ ਤੇ ਬੱਸ ਸਰਵਿਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਦੇ ਤਹਿਤ ਅੱਜ ਅੰਮ੍ਰਿਤਸਰ ਇੰਟਰ ਸਟੇਟ ਬੱਸ ਅੱਡੇ ਤੋਂ ਜਲੰਧਰ, ਲੁਧਿਆਣਾ, ਪਠਾਨਕੋਟ ਅਤੇ ਬਟਾਲਾ ਲਈ ਬੱਸ ਰਵਾਨਾ ਕੀਤੀਆਂ ਜਾ ਰਹੀਆਂ ਹਨ। ਬਸਾਂ ਨੂੰ ਚਲਾਉਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਮੁਕੰਮਲ ਇੰਤਜ਼ਾਮਾਂ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਸਦੀ ਫੂਕ ਉਸ ਵੇਲੇ ਨਿਕਲਦੀ ਨਜ਼ਰ ਆਈ ਹੈ ਜਦੋਂ ਪਠਾਨਕੋਟ ਅਤੇ ਬਟਾਲਾ ਜਾਣ ਵਾਲੀਆਂ ਬਸਾਂ ਦੀਆਂ ਸੀਟਾਂ ਤੇ ਧੂੜ ਮਿੱਟੀ ਅਤੇ ਤੰਬਾਕੂ ਦੇ ਖਾਲੀ ਪੈਕਟ ਮਿਲੇ ਇਸ ਧੂੜ ਮਿੱਟੀ ਨੂੰ ਸਵਾਰੀਆਂ ਵੱਲੋਂ ਆਪਣੇ ਕੱਪੜਿਆਂ ਨਾਲ ਸਾਫ਼ ਕੀਤਾ ਗਿਆ ਸਵਾਰੀਆਂ ਮੁਤਾਬਕ ਬਸਾਂ ਨੂੰ ਸੈਨੀਟਾਈਜ਼ ਕਰਨਾ ਤਾਂ ਦੂਰ ਇਹਨਾਂ ਨੂੰ ਸਾਫ਼ ਤੱਕ ਨਹੀਂ ਕੀਤਾ ਗਿਆ ਉਨ੍ਹਾਂ ਕਿ ਕਿ ਬਸ ਵੀ ਸਵਾਰ ਹੋਣ ਤੋਂ ਪਹਿਲਾਂ ਉਹਨਾਂ ਦੀ ਸਕ੍ਰੀਨਿੰਗ ਤੱਕ ਨਹੀਂ ਕੀਤੀ ਗਈ ਜੀ ਨਾ 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 ਕਰਾ ਤਲਾ ਬੰਦੀ ਕਾਰਨ ਗੁਰਦਾਸਪੁਰ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਵਿੱਚੋਂ ਅੱਜ ਯੂਪੀ ਰਾਜ ਦੇ ਲਗਭਗ 1200 ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਯੂਪੀ ਰਾਜ ਭੇਜਿਆ ਗਿਆ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਪਹਾੜਾ ਖੁਦ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਇਨ੍ਹਾਂ ਮਜ਼ਦੂਰਾਂ ਨੂੰ ਰਵਾਨਾ ਕਰਨ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਆਰਥਿਕ ਪੈਕੇਜ ਵਿੱਚ ਪੰਜਾਬ ਸਰਕਾਰ ਨੂੰ ਅਜੇ ਤੱਕ ਕੁਝ ਨਹੀਂ ਮਿਲੇ ਪੰਜਾਬ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਖਰਚੇ ਤੇ ਉਨ੍ਹਾਂ ਦੇ ਰਾਜ ਭੇਜ ਰਹੀ ਹੈ ਉਨਾ ਕਹਿਆ ਕਿ ਅੱਜ ਤਕਰੀਬਨ 1200 ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ਭੇਜਿਆ ਗਿਆ ਬਾਕੀ ਕਾਮੇ ਵੀ ਜਲਦੀ ਹੀ ਭੇਜ ਦਿੱਤੇ ਜਾਣਗੇ ਜਿੱਥੇ ਇੱਕ ਪਾਸੇ ਰਸਤੇ ਸਵੇਰ ਵਿੱਚ ਟਰਾਂਸਪੋਰਟ ਸ਼ੁਰੂ ਹੋ ਚੁੱਕਿਆ ਅਤੇ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰ ਕਾਫੀ ਖੱਜਲਖਵਾਰ ਹੋ ਰਹੇ ਨੇ ਖਬਰ ਪਟਿਆਲਾ ਦੇ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਪ੍ਰਵਾਸੀ ਮਜ਼ਦੂਰ ਘਰ ਜਾਣ ਉਤਰਸ ਰਹੇ ਨੇ ਇਸ ਦੌਰਾਨ ਮਜ਼ਦੂਰਾਂ ਨੇ ਆਖਿਆ ਕਿ ਉਹ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਨਾਲ ਫਸੇ ਹੋਏ ਨੇ ਅਤੇ ਉਹਨਾਂ ਦਾ ਸਾਰਾ ਕੰਮਕਾਜ ਖਰਾਬ ਹੋ ਗਿਆ। ਅਤੇ ਉਹ ਟ੍ਰੇਨਾਂ ਦੀ ਉਡੀਕ ਵਿੱਚ ਨੇ ਕਿ ਕਦੋਂ ਟ੍ਰੇਨ ਆਵੇਗੀ ਅਤੇ ਉਹ ਕਦੋਂ ਆਪਣੇ ਘਰਾਂ ਨੂੰ ਪਹੁੰਚ ਸਕਣਗੇ। ਇਸ ਜਗ੍ਹਾ ਤੇ ਲੈ ਕੇ ਆਏ ਨੇ ਪਰ ਪਰੇਸ਼ਾਨ ਨਜ਼ਰ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਈ ਜਿਹੜਾ ਪ੍ਰਵਾਸੀ ਉਦੋਂ ਅੰਮ੍ਰਿਤਸਰ ਦੇ ਪਿੰਡ ਮਹਿਲ ਵਿੱਚ ਆਟੋ ਚਾਲਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਉਨ੍ਹਾਂ ਦੇ ਕਰਜ਼ੇ ਮਾਫ਼ ਕਰੇ ਕਿਉਂਕਿ ਮਾਮਾਰੇ ਕਾਰਨ ਸਵਾਰੀ ਨਾ ਹੋਣ ਦੇ ਬਰਾਬਰ ਹੈ ਅਤੇ ਜੇਕਰ ਸਵਾਰੀ ਮਿਲਦੀ ਵੀ ਹੈ ਤਾਂ ਆਟੋ ਵਿੱਚ ਦੋ ਤੋਂ ਜ਼ਿਆਦਾ ਸਵਾਰੀ ਬਿਠਾਉਣ ਦੇ ਹੁਕਮ ਜਾਰੀ ਨਹੀਂ ਨੇ ਜਿਸ ਕਾਰਨ ਆਟੋ ਦਾ ਪੂਰਾ ਖਰਚਾ ਨਹੀਂ ਹੋ پا ਰਿਹਾ ਹੈ ਅਤੇ ਘਰ ਨੂੰ ਚਲਾਉਣਾ ਬਹੁਤ ਹੀ ਔਖਾ ਹੋਇਆ ਪਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਪਾਸੇ ਬੈਂਕ ਦੀ ਕਿਸ਼ਤਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਆਟੋ ਕਿਸ਼ਤਾਂ ਤੇ ਨੇ ਉਨਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਆਰਥਿਕ ਪੈਕੇਜ ਐਲਾਨ ਕਰੇ। ਲਾਕਡਾਊਨ ਦਰਮਿਆਨ ਮਜ਼ਦੂਰ ਮਜਬੂਰ ਮਜ਼ਦੂਰਾਂ ਦੀ ਲਾਚਾਰੀ ਖਤਮ ਹੋਉਂਦਾ ਨਾ ਨਹੀਂ ਲੈ ਰਹੀ ਹੈ। ਪੈਦਲ ਹੀ ਸੈਂਕੜੇ ਕਿਲੋਮੀਟਰ ਦੇ ਸਫ਼ਰ ਤੇ ਜਾਣ ਨੂੰ ਮਜ਼ਦੂਰ ਮਜਬੂਰ ਨੇ ਪਰ ਦੂਸਰੇ ਪਾਸੇ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਸ਼ਰਾਰਤੀ ਅਨਸਰਾ ਵੱਲੋਂ ਬਿਹਾਰ ਆਉਣ ਵਾਲੀਆਂ ਬੱਸਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੁਸੀਂ ਵਾਇਰਲ ਹੋਈ ਇਸ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਵੱਲੋਂ ਬੱਸਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਅਤੇ ਟ੍ਰਾਂਸਪੋਰਟ ਤੇ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਅਨਵਾਦ ਕੁਸ਼ਵਰ ਖਬਰਾਂ ਵਲ ਲੋਕਡਾਊਨ ਵਿੱਚ ਜਨਤਾ ਨਾਲ ਜੁੜੇ ਸਵਾਲਾਂ ਦੇ ਜਵਾਬ ਸੋਸ਼ਲ ਮੀਡੀਆ ਤੇ ਦੇਣ ਲਈ ਜਿੱਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ੁੱਕਰਵਾਰ ਦਾ ਦਿਨ ਨਿਰਧਾਰਿਤ ਕੀਤਾ ਉਥੇ ਇਸ ਦੇ ਤਰਜ਼ ਤੇ ਹੁਣ ਪੰਜਾਬ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਫੇਸਬੁਕ ਤੇ ਲਾਈਵ ਹੋ ਕੇ ਮਾਪੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਨਵੀਂ ਪਹਿਲ ਕਦਮੀ ਕੀਤੀ ਹੈ ਇਸ ਲਈ ਤਹਿਤ ਅੱਜ ਸ਼ਾਮ 4 ਵਜੇ ਸਿੱਖਿਆ ਮੰਤਰੀ ਫੇਸਬੁਕ ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਇਸ ਦੇ ਲਈ ਉਹਨਾਂ ਨੇ ਅਧਿਆਪਕਾਂ ਮਾਪਿਆਂ ਤੇ ਵਿਦਿਆਰਥੀਆਂ ਨੂੰ ਆਪਣੇ ਸਵਾਲ ਭੇਜਣ ਨੂੰ ਆਖਿਆ ਦੱਸਦੀ ਹੈ ਕਿ ਮੌਜੂਦਾ ਸਮੇਂ ਵਿੱਚ ਜੋ ਨਿੱਜੀ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਰਾਜਪਰ ਵਿੱਚ ਗਰਮ ਹੋ ਰਿਹਾ ਹੈ ਇਸ ਦੌਰਾਨ ਸਿੱਖਿਆ ਮੰਤਰੀ ਦਾ ਫੇਸਬੁਕ ਤੇ ਲਾਈਵ ਹੋ ਕੇ ਉਪਰੋਕਤ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇਣਾ ਕੀਤੇ ਨਾ ਕੀਤੇ ਇਸ ਮੁੱਦੇ ਨੂੰ ਵੀ ਠੰਡਾ ਕਰਨ ਦਾ ਯਤਨ ਕਰੇਗਾ ਕਿਉਂਕਿ ਲਪਕ 6 ਦਿਨ ਪਹਿਲਾਂ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਜਾਰੀ ਕੀਤੇ ਆਦੇਸ਼ਾਂ ਤੋਂ ਨਾ ਤਾਂ ਮਾਪੇ ਖੁਸ਼ ਨੇ ਅਤੇ ਨਾ ਹੀ ਸਕੂਲ ਸੰਚਾਲਕ ਪੰਜਾਬ ਵਿੱਚ ਮਹਾਂਮਾਰੀ ਦੇ ਮਾਮਲੇ ਦਿਨੋ-ਦਿਨ ਵੱਧਦੇ ਹੀ ਜਾ ਰਹੇ ਨੇ ਜਿੱਥੇ आज ਸਵੇਰੇ ਵਿੱਚ ਮਹਾਂਮਾਰੀ ਕਾਰਨ ਇੱਕ ਹੋਰ ਮੌਤ ਹੋ ਗਈ ਹੈ ਜਿੱਥੇ ਜਲੰਧਰ ਵਿੱਚ ਇੱਕ 69 ਸਾਲਾ ਔਰਤ ਨੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਮ੍ਰਿਤਕ ਸੰਤੋਸ਼ ਕੁਮਾਰੀ ਈਸ਼ਵਰ ਕਲੋਨੀ ਦੀ ਰਹਿਣ ਵਾਲੀ ਸੀ ਇਸ ਨਾਲ ਜਲੰਧਰ ਵਿੱਚ ਹੁਣ ਤੱਕ ਮਹਾਂਮਾਰੀ ਤੋਂ ਪੀੜਤ 7 ਵਿਅਕਤੀਆਂ ਦੀ ਮੌਤ ਹੋ ਗਈ ਉਹਤੇ ਇਸ ਸਵੇਰੇ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 39 ਹੋ ਗਈ ਜਲੰਧਰ ਵਿੱਚ ਅੱਜ ਮਹਾਂਮਾਰੀ ਦੇ ਦੋ ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜਿਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 216 ਹੋ ਗਈ ਹੈ ਅੱਜ ਪੋਜ਼ਿਟਿਵ ਆਏ ਵਿਅਕਤੀਆਂ ਵਿੱਚ ਪਿੰਡ ਟਮੁੰਡਾ ਆਦਮਪੁਰ ਦਾ ਇੱਕ 26 ਸਾਲ ਦਾ ਵਿਅਕਤੀ ਜੋ ਕਿ ਵਿਦੇਸ਼ ਤੋਂ ਆ ਕੇ ਗੁਰਾਇਆਂ ਦੇ ਕੁਆਰੰਟਾਈਨ ਸੈਂਟਰ ਵਿੱਚ ਠਹਿਰਾ ਹੋਇਆ ਸੀ ਅਤੇ ਕਰੋਲ ਬਾਗ ਜਲੰਧਰ ਦਾ ਰਹਿਣ ਵਾਲਾ 49 ਸਾਲ ਦਾ ਆਰਪੀਐਫ ਦਾ ਜਵਾਨ ਜੋ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਹੈ ਸ਼ਾਮਿਲ ਨੇ ਇਸ ਤੋਂ ਪਹਿਲਾਂ ਅੱਜ ਸਵੇਰੇ ਪੀੜਤ ਸੰਤੋਸ਼ ਕੁਮਾਰੀ ਈਸ਼ਵਰ ਕਲੋਨੀ ਦੀ ਮੌਤ ਹੋ ਜਾਣ ਨਾਲ ਮਹਾਮਾਰੀ ਮਰਤਾਂ ਦੀ ਗਿਣਤੀ ਜ਼ਿਲ੍ਹੇ ਵਿੱਚ 7 ਹੋ ਗਈ ਹੈ। ਸਿਟੀ ਬਿਊਟੀਫੁੱਲ ਵਿੱਚ ਮਹਾਮਾਰੀ ਦਾ ਘੈਰ ਵਧਦਾ ਹੀ ਜਾ ਰਿਹਾ ਸਵੇਰੇ ਬਾਪੂ ਧਾਮ ਕਲੋਨੀ ਤੋਂ ਦੋ ਹੋਰ ਮਾਮਲਾ ਨਾਲ ਸ਼ਹਿਰ ਵਿੱਚ ਮਹਾਮਾਰੀ ਮਰੀਜ਼ਾਂ ਦੀ ਗਿਣਤੀ ਵਧ ਕੇ 202 ਹੋ ਗਈ ਹੈ। ਇੱਕ 25 ਸਾਲਾ ਨੌਜਵਾਨ ਅਤੇ ਇੱਕ 50 ਸਾਲਾ ਔਰਤ ਪੋਸਟਿਵ ਪਾਏ ਗਏ ਜਿਨ੍ਹਾਂ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੰਗਲਵਾਰ ਨੂੰ ਤਨਾਸ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਨੇ ਉਹਨਾਂ ਵਿੱਚੋਂ ਇੱਕ 34 ਸਾਲਾ ਵਿਅਕਤੀ ਹਾਲ ਹੀ ਵਿੱਚ ਦਿੱਲੀ ਤੋਂ ਵਾਪਸ ਆਇਆ ਸੀ ਅਤੇ GSCH ਬਤੀ ਵਿਕੇ ਟੈਸਟ ਕੀਤਾ ਗਿਆ ਸੀ ਸ਼ਹਿਰ ਦੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਸਬਤਵਤ 130 ਮਾਮਲੇ ਸਾਹਮਣੇ ਆਏ ਨੇ ਲੋਕਾਂਸਾ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਵੈਸ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਗਾਮੀ ਚੋਣੇ ਦੇ ਸੀਜ਼ਨ ਨੂੰ ਲੈ ਕੇ ਬਿਹਾਰ ਅਤੇ ਬੰਗਾਲ ਤੋਂ ਲੇਬਰ ਵੱਡੀ ਤعداد ਵਿੱਚ ਪੰਜਾਬ ਵਿੱਚ ਹੁੰਦੀ ਹੈ ਪਰ ਇਸ ਵਾਰ ਬੰਦ ਹੋਣ ਕਾਰਨ ਉਹ ਇੱਥੇ ਨਹੀਂ ਆ پا ਰਹੇ ਜਦੋਂ ਕਿ ਲੇਬਰ ਪੰਜਾਬ ਆਉਣ ਨੂੰ ਵੀ ਤਿਆਰ ਹੈ ਉਹਨਾਂ ਆਖਿਆ ਕਿ ਜਿਸ ਮਸ਼ੀਨ ਰਾਹੀਂ ਸਰਕਾਰ ਚੋਣਾਂ ਲਗਾਉਣ ਲਈ ਕਹਿ ਰਹੀ ਹੈ ਉਹ ਮਸ਼ੀਨ ਪੰਜਾਬ ਦੇ ਵਿੱਚ ਬਹੁਤ ਹੀ ਕਾਮਯਾਬ ਨਹੀਂ ਅਤੇ ਕਿਸਾਨ ਉਸ ਦਾ ਖਰਚਾ ਨਹੀਂ ਉਠਾ ਸਕਦਾ ਜਿਸ ਸੰਬੰਧੀ ਬੈਂਸ ਵੱਲੋਂ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਬਿਹਾਰ ਦੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਲੇਬਰ ਨੂੰ ਪੰਜਾਬ ਲਿਆਉਣ ਲਈ ਪਾਸ ਜਾਂ ਫਿਰ ਸਾਧਨਾਂ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਬੈਂਸ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਘਟੀਆ ਕੁਆਲਿਟੀ ਦੇ ਮਾਸਕ ਨੂੰ ਲੈ ਕੇ ਦਿੱਤੇ ਗਏ ਧਰਨੇ ਬਾਰੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਹੱਥ ਸ਼ੁਰੂ ਤੋਂ ਹੀ ਖੜੇ ਹੋਏ ਨੇ। ਸਰਕਾਰ ਦੇ ਵਿੱਚ ਵੱਡੇ ਵੱਡੇ ਕਪਲੇ ਹੋ ਰਹੇ ਨੇ ਅਤੇ ਇਸ ਬਿਮਾਰੇ ਦੇ باوجود ਵੀ ਡਾਕਟਰਾਂ ਦੇ ਜਾਨ ਨਾਲ ਖੇਲਵਾੜ ਕੀਤਾ ਜਾ ਰਿਹਾ ਜੋ ਆਪਣੇ ਜਾਨ ਜੁਖੋ ਵਿੱਚ ਪਾ ਕੇ ਲੋਕਾਂ ਦੇ ਜਾਨ ਬਚਾ ਰਹੇ ਹਨ ਉਧਰ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ अरोड़ा ਨੇ ਪੰਜਾਬ ਵਿੱਚ ਐਨ ਆਰ ਆਈ ਲਈ ਹੋਟਲ ਬੁਕਿੰਗ ਦਾ ਮਾਮਲੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਡੇ ਇਲਜ਼ਾਮ ਲਗਾਏ ਹਨ ਉਨ੍ਹਾਂ ਕਿ ਹੋਟਲ ਮਾਰਕੀਟ ਰੀਟ ਤੋਂ ਮਹਿੰਗੇ ਬੁੱਕ ਕਿਤੇ ਜਾ ਰਹੇ ਨੇ ਇਸ ਮੌਕੇ ਉਹਨਾਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ। ਮਾਹਮਾਰੇ ਮਰੀਜ਼ਾਂ ਨੂੰ ਕਾਰਪੇਜੇ ਜਾਣ ਦੇ ਮਾਮਲੇ ਤੇ ਹੁਣ ਜਲਾਲਾਬਾਦ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਮਾਹਮਾਰੇ ਮਰੀਜ਼ਾਂ ਨੂੰ ਘਰ ਘਰ ਆਈਸੋਲੇਟ ਕਰਨ ਨੂੰ ਲੈ ਕੇ ਸਵਾਲ ਖੜੇ ਕੀਤੇ। ਜੋਸਨ ਨੇ ਸਰਕਾਰਾਂ ਨੂੰ ਇਸ ਪਾਲਸੀ ਨੂੰ ਰਿਵਾਈਵ ਦੀ ਅਪੀਲ ਕੀਤੀ। ਉਹਨਾਂ ਦਾ ਆਖਣਾ ਹੈ ਕਿ ਮਾਮਾਰੇ ਮਰੀਜ਼ ਨੂੰ ਉਦੋਂ ਤੱਕ ਘਰ ਨਾ ਭੇਜਿਆ ਜਾਵੇ ਜਦੋਂ ਤੱਕ ਉਹਨਾਂ ਦੀ ਰਿਪੋਰਟ ਨੈਗੇਟਿਵ ਨਾ ਆ ਜਾਵੇ ਅਤੇ ਇਸ ਲਈ ਸਰਕਾਰ ਨੂੰ ਸਿੱਧੇ ਤੌਰ ਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਜੇਕਰ ਇਹੋ ਜੀ ਕੋਖਤਾਈ ਕੀਤੀ ਤਾਂ ਇਹਨਾਂ ਲੋਕਾਂ ਦੇ ਵਾਸਤੇ 스마트ਫੋਨ ਯੂਜ਼ਰਸ ਦੇ ਇੱਕ ਵਾਰ ਫਿਰ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੀਬੀਆਈ ਨੂੰ ਦੇਸ਼ ਭਰ ਵਿੱਚ ਅਲਰਟ ਜਾਰੀ ਕਰਨਾ ਪੈ CBI ਨੇ ਇਸ ਅਲਰਟ ਵਿੱਚ ਰਾਜਾਂ ਦੀ ਪੁਲਿਸ ਅਤੇ ਕਾਨੂੰਨੀ ਸੰਸਥਾਵਾਂ ਨੂੰ ਇੱਕ ਮਾਲਵੇਅਰ ਯਾਨੀ ਕਿ ਵਾਇਰਸ ਤੇ ਨਜ਼ਰ ਰੱਖਣ ਲਈ ਆਖਿਆ। ਇਹ ਖਤਰਨਾਕ ਵਾਇਰਸ ਖੁੱਦ ਨੂੰ ਮਹਾਮਾਰੀ ਅਪਡੇਟ ਨਾਲ ਜੁੜਿਆ ਦੱਸਦਾ। CBI ਨੇ ਇੱਕ ਬਿਆਨ ਵਿੱਚ ਆਖਿਆ ਕਿ ਉਸ ਨੂੰ ਇੰਟਰਪੋਲ ਕੋਲੋਂ ਕੁਝ ਇਨਪੁਟ ਮਿਲੇ ਨੇ ਜਿਸ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ। ਲੁਧਿਆਣਾ ਦੇ ਸਥਾਨਕ ਚੰਦਰ ਨਗਰ ਵਿੱਚ ਅੱਜ ਸਵੇਰੇ ਹਥਿਆਰਬੰਦ ਲੁਟੇਰਿਆਂ ਵੱਲੋਂ ਸਬਜ਼ੀ ਵਿਕਰੇਤਾ ਦਾ ਕਤਲ ਕਰਨ ਉਪਰੰਤ ਉਸ ਵਾਸੋ ਨਕਦੀ ਅਤੇ ਹੋਰ ਸਮਾਨ ਲੁੱਟਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ RAMU ਵਜੋਂ ਕੀਤੀ ਗਈ ਉਸ ਦੀ ਉਮਰ 22 ਸਾਲ ਦੇ ਕਰੀਬ ਸੀ ਮ੍ਰਿਤਕ ਅੱਜ ਸਵੇਰੇ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਜਾ ਰਿਹਾ ਸੀ ਕਿ ਚੰਦਰ ਨਗਰ ਨੇੜੇ ਉਸ ਨੂੰ ਲੁਟੇਰਿਆਂ ਨੇ ਰੋਕ ਲਿਆ ਅਤੇ ਨਕਦੀ ਦੀ ਮੰਗ ਕੀਤੀ ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਤੇ ਤੀਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀਟੀ ਵੱਜੋ ਰਾਮੋਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਰਾਹ ਜਾਂਦੇ ਲੋਕਾਂ ਨੇ ਰਾਮੋਦੀ ਲਾਸ਼ ਸੜਕ ਤੇ ਪਈ ਵੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਪੁਲਿਸ ਨੇ ਲਾਸ਼ ਕਬਜ਼ੇ ਚੁਲਿਆ ਕਿ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਸੂਬੇ ਵਿੱਚ ਮਹਾਮਾਰੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦਿਆ ਜਾ ਰਹੇ ਹਦਾਇਤਾਂ ਦੀ ਲੋਕਾਂ ਵੱਲੋਂ ਪਾਲਣਾ ਯਕੀਨੀ ਬਣਾਈ ਜਾਵੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਮਹਾਮਾਰੀ ਦੇ ਸੰਕਟ ਦੌਰਾਨ ਰਾਸ਼ਨ ਅਤੇ ਲੋੜਿੰਦੀ ਸਮਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾ ਗਿਆ ਹੈ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਉਹਨਾਂ ਕਹਿ ਕੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਨੇ ਮਾਸਕ ਸੈਨੀਟਾਈਜ਼ਰ ਦੀ ਜਨਤਾ ਨੂੰ ਵਧੇਰੇ ਵਰਤੋਂ ਕਰਨ ਦੀ ਆਖਿਆ। ਉਤੇ ਦਿਨ ਰਾਤ ਕਸਬਾ ਪਿਖੇਵੰਡੀ ਵਿੱਚ ਕੰਡਾ ਮੋਹੱਲਾ ਵਾਰਡ ਨੰਬਰ 6 ਵਿੱਚ ਗੋਲੀ ਚਲਣ ਦੀ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਕੰਡਾ ਮੋਹੱਲਾ ਨਿਵਾਸੀ ਸੁਖਵਿੰਦਰ ਸਿੰਘ ਨੇ ਆਖਿਆ ਕਿ ਜਦ ਉਹ ਆਪਣੀ ਫੋਟੋ ਸਟੇਟ ਦੀ ਦੁਕਾਨ ਵਧਾ ਕੇ ਆਪਣੇ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਧਰਮ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਮੈਨੂੰ ਲਲਕਾਰਿਆ ਜਿਸ ਤੋਂ ਬਾਅਦ ਕਾਹ ਸੋਣੀ ਤੋਂ ਬਾਅਦ ਉਸਨੇ ਗੋਲੀਆਂ ਚਲਾਉਣੇ ਸ਼ੁਰੂ ਕਰ ਦਿੱਤੀ ਉਥੇ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਦੀ ਪਾਲਕੀ ਚੱਤੀ ਜਾਰੀ ਅਜੋਕੇ ਸਮੇਂ ਵਿੱਚ ਜਿੱਥੇ ਨੌਜਵਾਨ ਸ਼ਾਨੋ ਸ਼ੌਕਤ ਵਾਲੇ ਵਿਆਹਾਂ ਵਿੱਚ ਯਕੀਨ ਰੱਖਦੇ ਨੇ ਉਤੇ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਉਇਂਦ ਦੇ ਨੌਜਵਾਨ ਨੇ ਸਾਦਾ ਵਿਆਹ ਕਰਵਾ ਕੇ ਮਿਸਾਲ ਕਾਇਮ ਕੀਤੀ ਜੋ ਆਪਣੇ ਜੀਵਨ ਸਾਥਣ ਨੂੰ ਟਰੈਕਟਰ ਤੇ ਵਿਆਹ ਕੇ ਲਿਆਇਆ ਇਸ ਮੌਕੇ ਲੜਕੇ ਦਾ ਪਿਤਾ ਗੁਰਵਿੰਦਰ ਸਿੰਘ ਮਾਤਾ ਧਰਮਜੀਤ ਕੋ ਲੜਕਾ ਹਰਪ੍ਰੀਤ ਸਿੰਘ ਬਰਾਤ ਲੈ ਕੇ ਅਮਰਾਲੇ ਪਿੰਡ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਪਹੁੰਚਿਆ ਤੇ ਪਤਨੀ ਸਤਪਾਲ ਕੌਰ ਨੂੰ ਵਿਆਹ ਕੇ ਪਿੰਡ ਉਇਂਦ ਰੋਪੜ ਲਿਆ ਜਿਸ ਦੀ ਚਾਰ ਚੁਫੇਰੇ পোর্স লাগা হইয়ে ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਕਵਕ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਨੂੰ ਆ ਚੁਕੇ ਤਰਲੋਚਨ ਸਿੰਘ ਗਿੱਲ ਦੀਆਂ ਸੇਵਾਵਾਂ ਨੂੰ ਵੇਖਦਿਆਂ ਭਾਜਪਾ ਪ੍ਰਧਾਨ ਅਸ਼wini ਸ਼ਰਮਾ ਨੇ ਤਰਲੋਚਨ ਸਿੰਘ ਗਿੱਲ ਨੂੰ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਯਾਦ ਰਹੀ ਕਿ ਤਰਲੋਚਨ ਸਿੰਘ ਗਿੱਲ ਨੇ ਲੰਮਾ ਸਮਾਂ ਜ਼ਿਲ੍ਹਾ ਮੋਗਾ ਦੇ ਭਾਜਪਾ ਪ੍ਰਧਾਨ ਅਤੇ 10 ਸਾਲ ਲਗਾਤਾਰ ਕੌਂਸਲਰ ਵੱਜੋ ਸੇਵਾਵਾਨੇ ਬਾਕੇ ਜ਼ਿਲ੍ਹਾ ਮੋਗਾ ਵਿੱਚ ਪਾਚਪਨ ਮਜ਼ਬੂਤ ਕਰਨ ਵਿੱਚ अहम ਰੋਲ ਅਦਾ ਕੀਤਾ ਹੈ ਇਸ ਮੌਕੇ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦਾ ਪਰਵਾਰੀ ਬਣਨਤੇ ਮੋਗਾ ਨਿਵਾਸੀਆਂ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੋਗਾ ਪਹੁੰਚਦੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੋ ਇਸ ਨਾਲ ਸਮੰਤ ਆ ਗਿਆ ਧੰਨਵਾਦ